ਠੀਕਾ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਸਕਰੀਨ ਦੇ ਉੱਤੇ ਲਿਖਿਆ ਆ ਰਿਹਾ ਹੈ 76963 29488 ਜੇ ਕਿਸੇ ਵੀ ਐਡ ਕਰਾਉਣੀ ਹੈ ਜੀ ਆਪਣੇ ਚੈਨਲ ਤੇ ਤਾਂ ਇਸੇ ਨੰਬਰ ਤੇ 5-7 ਫੋਟੋਆਂ ਸੈਂਡ ਕਰ ਦਿਓ ਤੇ ਬਾਕੀ ਦੀ ਸਾਰੀ ਜਾਣਕਾਰੀ ਸੈਂਡ ਕਰ ਦਿਓ ਤੇ ਆਪਾਂ ਤੁਹਾਡੀ ਐਡ ਆਪਣੇ ਚੈਨਲ ਤੇ ਕਰ ਦਾਂਗੇ ਜੀ ਤੇ ਇੱਕ ਬੇਨਤੀ ਹੈ ਜੀ ਸਾਰੇ ਵੀਰਾਂ ਨੂੰ ਜਿਹੜੇ ਵੀ ਰੱਪ ਨੂੰ ਮਸ਼ੀਨਰੀ ਸੈਂਡ ਕਰਦੇ ਕੋਈ ਵੀ ਹੋਵੇ ਐਡ ਕਰਾਉਣ ਦੇ ਲਈ ਤੇ ਜਿਹੜਾ ਉਹਨਾਂ ਦਾ ਰੇਟ ਹੁੰਦਾ ਜੀ ਉਹ ਮਾਰਕੀਟ ਵੇਲੂ ਦੇ ਹਿਸਾਬ ਨਾਲ ਭੇਜਿਆ ਕਰੋ ਤੇ ਹੁਣ ਆਪਾਂ ਜਾਦਾ ਟਾਈਮ ਨਾ ਲੈਂਦੇ ਹੋਈ ਵੀਡੀਓ ਸਟਾਰਟ ਕਰਦੇ ਹਾਂ ਜੀ ਤੇ ਆਪਣੇ ਕੋਲ ਅਲੱਗ-ਅਲੱਗ ਕੰਡੀਸ਼ਨ ਦੀਆਂ ਗੱਡੀਆਂ ਆਈਆਂ ਨੇ ਜਿੰਨਾਂ ਵਿੱਚ ਆਪਾਂ ਸਭ ਤੋਂ ਪਹਿਲਾਂ Alto LXI ਗੱਡੀ ਦੀ ਗੱਲ ਕਰਾਂਗੇ ਜੀ 2008 ਮਾਡਲ ਹੈ ਗੱਡੀ ਆਹ ਤੇ ਦੂਜੇ ਨਾਲ Vir ਗੱਡੀ ਹੈ ਨਵੀਂ ਬੈਟਰੀ ਹੈ ਮੈਟਿੰਗ ਨਮੀ ਹੋਈ ਹੈ ਤੇ ਸਰਵਿਸ ਵੀ ਹੁਣੇ ਕਰਵਾਈ ਹੈ ਪੀਵੀ ਨੰਬਰ ਗੱਡੀ ਹੈ ਜੀ ਮੋਗੇ ਖੜੀ ਹੈ ਨਵੇਂ ਟਾਇਰ ਨੇ ਗੱਡੀ ਦੇ 135000 ਡਿਮਾਡ ਹੈ ਬਲੈਕ ਰੰਗ ਦੀ ਗੱਡੀ ਹੈ ਜੀ ਇਹ ਵਧੀਆ ਕੰਡੀਸ਼ਨ ਦੀ ਕਿਸੇ ਵੀ ਨੇ ਖਰੀਦਣੀ ਹੋਵੇ ਕਾਗਜ਼ ਪੱਤਰ ਚੈੱਕ ਕਰਕੇ ਜੀ ਤੇ ਗੱਡੀ ਨੂੰ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 73550 8206 ਤੇ ਨੈਸਟ ਗੱਡੀ ਪਹੁੰਚੀ ਹੈ ਜੀ ਆਪਣੇ ਕੋਲੇ ਡਿਜ਼ਾਇਰ ਐਲਡੀਆਈ 2015 ਮਾਡਲ ਵੀਰ ਗੱਡੀ ਆਹਾ ਤੇ ਇਹ ਕੰਡੀਸ਼ਨ ਦੀ ਗੱਡੀ ਵਧੀਆ ਪਈ ਹੈ ਤੇ ਰੰਗ ਪੈਟ ਵੀ ਗੱਡੀ ਦਾ ਸਾਫ ਹੈ ਤੇ ਮਾਡਲ ਹੈ ਜੀ 2015 ਤੇ 80 ਕੇ ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਮੋਗੇ ਖੜੀ ਹੈ ਜੀ ਗੱਡੀ ਆਹਾ ਤੇ ਅੰਦਰੋਂ ਬਿਲਕੁਲ ਸਾਫ ਪਈ ਹੈ ਕਾਗਜ਼ ਪੱਤਰ ਵੀ ਨੇ ਪੂਰੇ ਦੱਸੇ ਨੇ 410000 ਵੀਰ ਨੇ ਡਿਮਾਂਡ ਰੱਖੀ ਹੈ ਜੀ ਤੇ ਕਿਸੇ ਵੀ ਨੇ ਦੇਖਣੀ ਹੋਵੇ ਮੋਗੇ ਜਾ ਕੇ ਚਲਾ ਕੇ ਆਪਦੀ ਪੂਰੀ ਤਸੱਲੀ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਤੇ ਨੰਬਰ ਨੋਟ ਕਰ ਲਓ ਜੀ 94640 10056 ਤੇ ਅੱਗੇ ਆਪਾਂ ਅਮਰਤੀ 800 ਗੱਡੀ ਦੀ ਗੱਲ ਕਰਾਂਗੇ ਜੀ ਅਮਰਤੀ 800 ਗੱਡੀ ਪਹੁੰਚੀ ਆਪਣੇ ਕੋਲੇ 1999 ਮਾਡਲ ਕੰਡੀਸ਼ਨ ਦੀ ਗੱਡੀ ਸਾਫ਼ ਹੈ ਜੀ ਆਹ ਰੰਗ ਪੈੜ ਵਧੀਆ ਪਿਆ ਤੇ ਵਧੀਆ ਸੀਟ ਕਵਰ ਚੜੇ ਹੋਏ ਨੇ ਇਹ ਏਰੀਆ ਪਈ ਜਾਂਦਾ ਜੀ ਮਾਲਕਬੀਰ ਦਾ ਮਾਨਸਾ 70 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਜੀ ਤੇ 36000 ਬੀਨੇ ਡਿਮਾਂਡ ਰੱਖੀ ਆ ਰਗ ਪੈਟ ਓਕੇ ਆ ਜੀ ਗੱਡੀ ਦਾ ਤੇ ਸਰਵਿਸ ਵੀ ਨੇ ਕਰਵਾ ਰੱਖੀ ਆ ਕਾਗਜ਼ ਪੱਤਰ ਪੂਰੀਆ ਜੀ ਨੰਬਰ ਨੋਟ ਕਰ ਲਓ ਜੀ ਜਿਹੜੇ ਵੀਰ ਦੀ ਗੱਡੀ ਹੈ 9878355924 ਤੇ ਜਿੰਨੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਤੇ ਇਸੇ ਤਰ੍ਹਾਂ ਦੀ ਆਪਣੇ ਚੈਨਲ ਤੇ ਹਰ ਰੋਜ਼ ਵੀਡੀਓ ਦੇਖਣਾ ਪਸੰਦ ਕਰਦੇ ਨੇ ਤਾਂ ਵੀਰ ਜੀ ਥੱਲੇ ਇੱਕ ਰੱਡੇ ਜੇ ਕਲਰ ਦਾ ਬਟਨ ਹੋਊਗਾ ਸਬਸਕ੍ਰਾਈਬ ਲਿਖਿਆ ਉੱਤੇ ਉਹਨੂੰ ਕਲਿੱਕ ਜ਼ਰੂਰ ਕਰ ਦਿਓ ਤੇ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਆਲਟਰ ਸੈਟ ਕਰਕੇ ਕਲਿੱਕ ਕਰ ਦਿਓ ਤੇ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤਾਂ ਨਵੀਂ ਵੀਡੀਓ ਦਾ ਮੈਸੇਜ ਤੁਹਾਡੇ ਕੋਲੇ ਉਸੇ ਟਾਈਮ ਆਜੂਗਾ ਜੀ ਤੇ ਉਸੇ ਟਾਈਮ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਤੇ ਸਪੋਰਟ ਰੱਖਿਓ ਜੀ ਤੁਹਾਡੇ ਸਦਕੇ ਆਪਣਾ ਚੈਨਲ ਹੈ ਤੇ ਅੱਗੇ ਆਪਾਂ ਕਰੋਲਾ ਗੱਡੀ ਦੀ ਗੱਲ ਕਰਾਂਗੇ ਵੀਰ પેટ્રોલ ਤੇ ਗੱਡੀ ਆਹਾ 2006 ਮਾਡਲ ਹੈ ਮਲੇਰਕੋਟਲੇ ਖੜੀ ਹੈ ਵੀਰ ਗੱਡੀ ਆਹਾ ਤੇ ਰੰਗ ਪੈਟ ਗੱਡੀ ਦਾ ਠੀਕ ਹੈ 70% ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਕਾਗਜ਼ ਪੱਤਰ ਪੂਰੇ ਨੇ AC ਹੀਟਰ ਮਿਊਜ਼ਿਕ ਸਿਸਟਮ ਸਾਰਾ ਕੁਝ ਓਕੇ ਹੈ ਤੇ ਕਿਸੇ ਵੀ ਨੇ ਦੇਖਣੀ ਹੋਵੇ ਕਾਗਜ਼ ਪੱਤਰ ਚੈੱਕ ਕਰਨੇ ਹੋਣ ਮਲੇਰਕੋਟਲੇ ਜਾ ਕੇ ਦੇਖ ਸਕਦੇ ਹੋ ਤੇ ਨੰਬਰ ਨੋਟ ਕਰ ਲੋ ਜਿਹੜੇ ਵੀਰ ਦੀ ਆਹ ਗੱਡੀ ਆ 76528 60400 54 ਤੇ ਅੱਗੇ ਆਪਣੇ ਕੋਲੇ ਵੈਗਨਰ ਗੱਡੀ ਪਹੁੰਚੀ ਜੀ 2006 ਮਾਡਲ ਤਰਨ ਤਰਨ ਖੜੀ ਆ ਵੀਰ ਗੱਡੀ ਆ 80 ਕੁ ਪੈਸੇ ਟਾਰਾਂ ਦੀ ਕੰਡੀਸ਼ਨ ਹੈ 85000 ਵੀਨੇ ਡਿਮਾਂਡ ਰੱਖੀ ਆ ਜੀ ਰੰਗ ਪੈਟ ਗੱਡੀ ਦਾ ਵਧੀਆ ਹੈ ਤੇ ਅੰਦਰੋਂ ਵਧੀਆ ਪਈਆ ਬਾਹਰੋਂ ਵਧੀਆ ਪਈਆ ਕੋਈ ਪ੍ਰੋਬਲਮ ਨਹੀਂ ਗੱਡੀ ਚ ਇੱਕ ਨੰਬਰ ਵੀਰ ਗੱਡੀ ਹੈ ਇੰਜਨ ਵੀ ਤੇ ਗੇਅਰ ਦੀ ਫੁੱਲ ਗਾਰੰਟੀ ਲੈਂਦੇ ਨੇ ਮਾਲਕ ਵੀਰ ਤੇ ਵਧੀਆ ਸੀਟ ਕਵਰ ਨੇ ਤੇ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ 85000 ਡਿਮਾਂਡ ਹੈ 80 ਪੈਸੇ ਟਾਇਰ ਨੇ ਵਧੀਆ origignal ਕੰਪਨੀ ਦੇ ਤੇ ਨੰਬਰ ਨੋਟ ਕਰ ਲੋ 99680 080 88 ਤੇ ਅੱਗੇ ਆਪਣੇ ਕੋਲੇ Swift ਗੱਡੀ ਪਹੁੰਚੀ ਜੀ Swift BDI 2010 ਮਾਡਲ ਮਾਨਸਾ ਖੜੀ ਹੈ ਜੀ ਗੱਡੀ ਆਹ 80 ਪੈਸੇ ਟਾਇਰ ਨੇ 245000 ਡਿਮਾਂਡ ਹੈ ਰੰਗ ਪੈੜ ਗੱਡੀ ਦਾ ਵਧੀਆ ਪਿਆ ਜੀ ਨੋ ਪ੍ਰੋਬਲਮ ਗੱਡੀ ਹੈ ਤੇ ਨਾ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਤੇ ਨਾ ਹੀ ਕੋਈ ਹੋਰ ਦਿੱਕਤ ਹੈ ਜੀ ਵਧੀਆ ਕੰਡੀਸ਼ਨ ਦੀ ਗੱਡੀ ਹੈ 80 ਪੈਸੇ ਕੰਪਨੀ ਦੇ origignal ਟਾਇਰ ਨੇ ਤੇ ਨੰਬਰ ਨੋਟ ਕਰ ਲਓ 98727 50252 ਜੀ ਤੇ ਇੱਕ ਵਾਰੀ ਦੱਸ ਦਿਨਾ ਜੀ ਸਾਰੇ ਵੀਰਾਂ ਨੂੰ ਜਿਹੜੇ ਵੀਰ ਆਪਨੂੰ ਦੇਖ ਰਹੇ ਨੇ ਹੁਣ ਕਿ ਜਿੰਨੇ ਵੀ ਆਹ ਮਸ਼ੀਨਰੀਆਂ ਗੱਡੀਆਂ ਨੇ ਜਿਹੜਾ ਇਹਨਾਂ ਦਾ ਰੇਟ ਆ ਜੀ ਉਹ ਕੋਈ ਰੇਟ ਫਿਕਸ ਨਹੀਂ ਹੈਗਾ ਤੇ ਵੀਰ ਕਹਿੰਦੇ ਹੁੰਦੇ ਆ ਕਿ ਮੌਕੇ ਤੇ ਲੈਸ ਕਰ ਦਾਂਗੇ ਇੱਕ ਮਾਲਕ ਵੀਰਾਂ ਦੀ ਡਿਮਾਂਡ ਹੁੰਦੀ ਹੈ ਜੀ ਜਿਹੜੀ ਮੌਕੇ ਤੇ ਲੈਸ ਹੋਊਗੀ ਤੇ ਕਿਸੇ ਵੀ ਨੇ ਕੋਈ ਵੀ ਗੱਡੀ ਖਰੀਦਣੀ ਹੋਵੇ ਤਾਂ ਮਾਲਕ ਵੀ ਨਾਲ ਗੱਲ ਕਰਕੇ ਤੇ ਰੇਟ ਸੈੱਟ ਕਰਕੇ ਪੂਰਾ ਤੇ ਗੱਡੀ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਇੱਕ ਵਾਰੀ ਮਾਲਕ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਜੀ ਤੇ ਹੁਣ ਅੱਗੇ ਆਪਾਂ ਵਰਨਾ ਗੱਡੀ ਦੀ ਗੱਲ ਕਰਾਂਗੇ 2013 ਮਾਡਲ ਵੀਰ ਗੱਡੀ ਆ ਪਠਾਨਕੋਟ ਖੜੀ ਆ ਨਵੇਂ ਟਾਇਰ ਨੇ ਗੱਡੀ ਦੇ ਰੰਗ ਪੈਂਟ ओरिजिनल ਆ ਕੋਈ ਸਿੰਗਲ ਸਕਰੈਚ ਵੀ ਗੱਡੀ ਤੇ ਹੈ ਨਹੀਂ 490000 ਵੀ ਨੇ ਡਿਮਾਂਡ ਰੱਖੀ ਆ ਤੇ ਵਧੀਆ ਕੰਡੀਸ਼ਨ ਦੀ ਸਾਫ਼ ਗੱਡੀ ਆ ਨੰਬਰ ਨੋਟ ਕਰ ਲਓ ਜੀ 954001981087 ਇਹਨਾਂ ਨੂੰ ਫੋਨ ਕਰਕੇ ਜਾ ਕੇ ਟਸ ਡਰਾਈਵ ਕਰਕੇ ਆਪਦੀ ਪੂਰੀ ਚੈੱਕ ਆਊਟ ਕਰਕੇ ਗੱਡੀ ਨੂੰ ਤੇ ਤੁਸੀਂ ਖਰੀਦ ਸਕਦੇ ਹੋ ਜੀ ਤੇ ਅੱਜ ਲਈ ਇਹਨੇ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਅੱਗੇ ਸ਼ੇਅਰ ਕਰ ਦਿਓ ਸ਼ੇਅਰ ਕਰਨਾ ਨਾ ਭੁੱਲਿਓ WhatsApp ਦੇ ਗਰੁੱਪਾਂ ਦੇ ਵਿੱਚ Facebook ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਿਸੇ ਵੀ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈੱਕ ਕਰ ਲਓ ਜੀ ਤੇ ਕਿਸੇ ਵੀ ਨੇ ਐਡ ਕਰਾਉਣੀ ਹੈ ਕਿਸੇ ਵੀ ਟਾਈਮ ਆਪਾਂ ਨੂੰ ਫੋਟੋਆਂ ਸਾਡੇ ਕਰਕੇ ਤੇ ਬਾਕੀ ਸਾਰੀ ਜਾਣਕਾਰੀ ਸੈਂਡ ਕਰ ਦਿਓ ਤੇ ਆਪਾਂ ਤੁਹਾਡੇ ਜੜ ਆਪਣੇ ਚੈਨਲ ਤੇ ਕਰ ਦਾਂਗੇ ਜੀ ਤੇ ਹੁਣ ਦਿਓ ਜੀ ਇਜਾਜ਼ਤ ਮਿਲਦਿਆ ਜੀ ਇਸ ਤਰ੍ਹਾਂ ਦੀ ਇੱਕ ਨਾਮੀ ਵੀਡੀਓ ਤੇ ਨਵੀਂ ਮਿਸ਼ਨਰੀਆਂ ਦੇ ਨਾਲ ਜੀ ਤੇ ਜੁੜੇ ਰਹੋ ਜੀ ਆਪਣੇ ਚੈਨਲ ਦੇ ਨਾਲ